ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਤੇ ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਦੇ ਲਈ ਆਪਾਂ ਨੇ ਸਪੋਰਟਸ ਦੀ ਕਲਾਸਾਂ ਜਿਹੜੀ ਉਹ ਸ਼ੁਰੂ ਕਰੀ ਹੋਈਆਂ ਕਿਉਂਕਿ ਇਸ ਵਾਰ ਸਪੋਰਟਸ ਦਾ ਟੌਪਿਕ ਸਪੈਸ਼ਲ ਮੈਂਸ਼ਨ ਕਰਕੇ দেয়া ਜਿਹੜੇ ਸਿਲੇਬਸ ਇਸ ਵਾਰ ਆਇਆ ਹੈ ਹੈਨਾ ਤਾਂ ਤਿੰਨ ਕਲਾਸਾਂ ਇਸ ਤੋਂ ਪਹਿਲਾਂ ਟੌਪਿਕ ਵਾਈਜ਼ ਆਪਾਂ ਪੜ ਚੁੱਕੇ ਹਾਂ ਸਪੋਰਟਸ ਦੀ ਤੇ ਅੱਜ ਤੀਜੀ ਕਲਾਸ ਹੈਗੀ ਹੈ MCQ's ਦੀ ਠੀਕ ਹੈ ਨਾ ਯਾਨੀ ਅੱਜ ਸਪੋਰਟਸ ਦੀ ਆਪਣੀ 6ਵੀਂ ਕਲਾਸ ਹੈਗੀ ਹੈ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਕੁਐਸਚਨ ਆਪਣੇ ਮਿਕਸ ਕਰੇ ਆ ਵਿੱਚ ਠੀਕ ਹੈ ਨਾ ਤਾਂ ਕਿ ਜਿਹੜਾ ਇੰਟਰਸਟ ਹੈ ਤੁਹਾਡਾ ਵੀਡੀਓ ਦੇ ਵਿੱਚ ਬਣਿਆ ਰਹੇ ਇਸ ਤੋਂ ਇਲਾਵਾ ਕੁਝ ਟੌਪਿਕ ਵੀ ਵਿੱਚ ਵਿੱਚ ਮੈਂ ਐਡ ਕਰੇ ਆ ਜਿਹੜੇ ਮੈਨੂੰ ਲੱਗਦੇ ਆ ਕਿ ਇੰਪੋਰਟੈਂਟ ਹੈਗੇ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਸਪੋਰਟਸ ਦੇ ਨਾਲ ਰਿਲੇਟਡ ਠੀਕ ਹੈ ਤਾਂ ਬਹੁਤ ਵਧੀਆ ਵੀਡੀਓ ਹੈ ਅੱਜ ਦੀ ਤੇ ਪੂਰੀ ਦੇਖਣੀ ਹੈ ਤੇ ਨਾਲੇ ਕਿਹੋ ਜਿਹੀ ਲੱਗੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਬਾਕੀ ਜੇ ਚੈਨਲ ਦੇ ਉੱਤੇ ਤੁਸੀਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਠੀਕ ਹੈ ਪੀਡੀਐਫ ਆਲਰੇਡੀ ਟੈਲੀਗ੍ਰam ਚੈਨਲ ਦੇ ਉੱਤੇ ਪਈ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੇ ਤੁਸੀਂ ਨਹੀਂ ਨੋਟ ਕਰਨੇ ਉਹ ਦਾ ਪ੍ਰਿੰਟ ਆਊਟ ਕਢਾ ਕੇ ਤੁਸੀਂ ਉਹਦੇ ਤੇ ਹੀ ਸੋਲੂਸ਼ਨ ਹੈ ਜਿਹੜਾ ਨੋਟ ਕਰ ਸਕਦੇ ਹੋ ਉਹਦੇ ਨਾਲ ਜਿਹੜੇ ਐਕਸਟਰਾ ਫੈਕਟ ਮੈਂ ਤੁਹਾਨੂੰ ਦੱਸਦਾ ਉਹ ਵੀ ਨੋਟ ਕਰ ਸਕਦੇ ਹੋ ਠੀਕ ਹੈ ਆ ਤੁਹਾਨੂੰ ਮਿਲ ਜੂਗੀ ਉੱਥੋਂ ਪੀਡੀਐਫ ਜਿੰਨੇ ਕੁਐਸਚਨ ਕਰਾਏ ਆ ਮੈਂ ਉਹ ਵੀ ਜਿੰਨੇ ਅੱਗੇ ਕਰਾਣੀਆਂ ਕੁਝ ਉਹ ਵੀ ਕੁਐਸਚਨ ਉਹਦੇ ਵਿੱਚ ਹੈਗੇ ਆ ਓਕੇ ਤਾਂ ਆਪਾਂ ਸ਼ੁਰੂ ਕਰਦੇ ਆ ਬਈ ਅੱਜ ਤੀਜੀ ਕਲਾਸ ਬਾਕੀ ਕੋਈ ਵੀ ਕੁਇਰੀ ਡਾਊਟ ਤੁਹਾਡਾ ਹੈਗਾ ਆ ਸਪੋਰਟਸ ਦੇ ਨਾਲ ਰਿਲੇਟਡ ਜਾਂ ਜੀਕੇ ਦੇ ਨਾਲ ਰਿਲੇਟਡ ਮੈਸੇਜ ਕਰ ਸਕਦੇ ਤੁਸੀਂ ਇੰਸਟਾਗ੍ਰam ਦੇ ਉੱਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਇੰਸਟਾਗ੍ਰam ਦਾ ਵੀ ਟੈਲੀਗ੍ਰam ਦਾ ਵੀ ਬਾਕੀ ਜਿਹੜੀ ਪਹਿਲੀ ਕਲਾਸਾਂ ਹੋਈਆਂ ਉਹ ਉਹਨਾਂ ਦੀ ਪਲੇਲਿਸਟ ਬਣੀ ਹੋਈ ਹੈ ਸਪੋਰਟਸ ਦੇ ਨਾਲ ਤੋਂ ਉਹ ਵੀ ਤੁਸੀਂ ਜਾ ਕੇ ਪਲੇਲਿਸਟ ਦੇ ਵਿੱਚ ਚੈੱਕ ਕਰ ਸਕਦੇ ਠੀਕ ਹੈ ਆਜੋ ਬਈ ਫਿਰ ਪ੍ਰਸ਼ਨ ਤੋਂ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਤੋਂ ਬਿਲਕੁਲ ਸਿੰਪਲ ਜਿਹਾ ਪ੍ਰਸ਼ਨ ਹੈਗਾ ਆ ਏਸ਼ੀਅਨ ਗੇਮਸ ਆਲਸੋ ਨੇਮਡ ਐਸੀਆਰ ਠੀਕ ਹੈ ਏਸ਼ੀਅਨ ਗੇਮਸ ਇਹਨਨੂੰ ਏਸ਼ੀਆਰ ਵੀ ਕਿਹਾ ਜਾਂਦਾ ਹੈ ਉਹ ਕਿੰਨੇ ਸਾਲ ਬਾਅਦ ਕਰਾਈ ਜਾਂਦੀ ਹੈ ਹਨਾ ਆਪਾਂ ਪੜ ਚੁੱਕੇ ਆ ਏਸ਼ੀਅਨ ਗੇਮਸ ਦੇ ਵਿੱਚ ਇਹ 4 ਸਾਲ ਬਾਅਦ ਕਰਾਈ ਜਾਂਦੀ ਹੈ ਪਹਿਲੀ ਏਸ਼ੀਅਨ ਗੇਮਸ 1955 ਨਵੀਂ ਦਿੱਲੀ ਦੇ ਵਿੱਚ ਹੋਈ ਸੀ ਯਾਦ ਰੱਖਣਾ ਸਾਰਿਆਂ ਨੇ ਹਨਾ ਬਾਕੀ ਏਸ਼ੀਆਨ ਗੇਮ ਇੱਕ ਅਲੱਗ ਤੋਂ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਨੈਕਸਟ ਇਹ ਟੋਪਿਕ ਬਹੁਤ ਇੰਪੋਰਟੈਂਟ ਹੈ ਕਿਹੜਾ ਟੋਪਿਕ ਹੈ ਕਿ ਗੇਮਾਂ ਦੇ ਵਿੱਚ ਜਿਹੜੇ ਵਰਡ ਯੂਜ਼ ਹੁੰਦੇ ਨੇ ਨਾ ਜਿਹੜੇ ਟਰਮ ਜਿਹੜੇ ਵਰਡ ਯੂਜ਼ ਹੁੰਦੇ ਆ ਉਹਨਾਂ ਦੇ ਉੱਤੇ ਬਹੁਤ ਕੁਐਸਚਨ ਆਉਂਦੇ ਆ ਠੀਕ ਹੈ ਤੁਸੀਂ ਪ੍ਰੀਵੀਅਸ ਇਅਰ ਕੁਐਸਚਨ ਚੈੱਕ ਮਤਲਬ ਪੇਪਰ ਹੈ ਜਿਹੜਾ ਉਹ ਚੈੱਕ ਕਰਕੇ ਦੇਖੋ ਜਿਹਦੇ ਵਿੱਚ სპੋਰਟਸ ਮੈਂਸ਼ਨ ਕਰਿਆ ਹੁੰਦਾ ਉੱਥੇ ਇਹ ਕੁਐਸਚਨ ਇਦਾਂ ਦੇ ਕੁਐਸਚਨ ਬਹੁਤ ਪੁੱਛੇ ਜਾਂਦੇ ਆ ਕਿ ਇਹ ਵਰਡ ਕਿਹੜੀ ਗੇਮ ਨਾਲ ਰਿਲੇ ਇਹ ਵਰਡ ਕਿਹੜੀ ਗੇਮ ਨਾਲ ਰਿਲੇਟਡ ਹੈ ਠੀਕ ਹੈ ਸਪੋਰਟਸ ਭਾਵੇਂ ਮੈਂਸ਼ਨ ਨਾ ਵੀ ਕਰਿਆ ਹੋਵੇ ਸਟੈਟਿਕ ਦੇ ਵਿੱਚ ਪੁੱਛ ਲੈਂਦੇ ਆ ਇਹਦਾ ਦੇ ਕੁਐਸਚਨ ਠੀਕ ਹੈ ਤਾਂ ਇਹ ਇਸ ਵੀਡੀਓ ਦੇ ਵਿੱਚ ਮੈਂ ਇਸ ਟੌਪਿਕ ਦੇ ਭਰ ਭਰ ਕੇ ਕੁਐਸਚਨ ਪਾਏ ਆ ਠੀਕ ਹੈ ਬਹੁਤ ਸਾਰੇ ਕੁਐਸਚਨ ਮੈਂ ਇਸ ਟੌਪਿਕ ਦੇ ਪਾਏ ਆ ਤਾਂ ਸਾਰੇ ਕਿੰਨੇ ਕ ਯਾਦ ਕਰ ਲਿਓ ਬਹੁਤ ਹੈ ਠੀਕ ਹੈ ਤਾਂ ਪਹਿਲਾ ਵਰਡ ਕਿਹੜਾ ਬਈ ਪੁੱਟ ਪੁੱਟ ਵਰਡ ਕਿਹੜੀ ਗੇਮ ਦੇ ਵਿੱਚ ਯੂਜ਼ ਹੁੰਦਾ ਹੈ ਤਾਂ ਪੁੱਟ ਵਰਡ ਯੂਜ਼ ਹੁੰਦਾ ਹੈ 골ਫ ਦੇ ਵਿੱਚ ਕਿਹੜੀ ਗੇਮ ਦੇ ਵਿੱਚ 골ਫ ਦੇ ਵਿੱਚ ਇਹ ਵਰਡ ਹੈ ਜਿਹੜਾ ਯੂਜ਼ ਹੁੰਦਾ ਹੈ ਇਹ ਸਕਰੀਨ ਸ਼ਾਟ ਲੈ ਲਓ ਇਹਦਾ ਕੁਝ ਸਿਲੇਕਟਡ ਜੇ ਹੈਗੇ ਆ ਵਰਡ ਜਿਵੇਂ ক্রিকেট ਦੇ ਵਿੱਚ ਕਿਹੜੇ ਕਿਹੜੇ ਵਰਡ ਯੂਜ਼ ਹੁੰਦੇ ਆ ਮਿਡਵਿਕਟ ਹੋ ਗਿਆ ਐਲਬੀਡਬਲ ਵਾਈਡ ਬਾਲ ਨੋ ਬੋਲ ਯਾਰਕਰ ਐਦਾਂ ਕਰਕੇ ਹੈਨਾ ਇਹਨਾਂ ਦੇ ਨੋਟਸ ਬਣਾ ਲਿਓ ਠੀਕ ਹੈ ਬਈ ਯਾਦ ਰੱਖਣਾ ਤੇ 골ਫ ਦੇ ਵਿੱਚ ਪੁੱਟ ਟੀ ਪਾਰ 4 ਲਿੰਕਸ ਹੈਂਡੀਕੈਪ ਇਹ ਵਰਡ ਜਿਹੜੇ 골ਫ ਦੇ ਵਿੱਚ ਯੂਜ਼ ਹੁੰਦੇ ਆ ਓਕੇ ਨੈਕਸਟ ਆਜੋ ਅਚਾਹ 10th ਦਾ ਇਹ ਦੇਖੋ ਟਵੀਡਲ ਇਹ ਵੀ ਬਹੁਤ ਇੰਪੋਰਟੈਂਟ ਹੈ ਹਲਕੀ ਹਲਕੀ ਸਾਰੀ ਇੰਪੋਰਟੈਂਟ ਹੈ ਬਈ ਇਹ ਹੌਲੀ ਹੌਲੀ ਹੋਣਗੇ ਯਾਦ ਇੱਕਦਮ ਨਹੀਂ ਹੋਣਗੇ ਠੀਕ ਹੈ ਨੈਕਸਟ ਹੈ ਦੀ ðe ਟਰਮ ਚੈਰੀ ਪੀਕਿੰਗ ਇਹ ਕਿਹੜੀ ਗੇਮ ਦੇ ਵਿੱਚ ਯੂਜ਼ ਹੁੰਦਾ ਤਾਂ ਚੈਰੀ ਪੀਕਿੰਗ ਜਿਹੜਾ ਵਰਡ ਹੈਗਾ ਆ ਇਹ ਯੂਜ਼ ਹੁੰਦਾ ਹੈ ਬਾਸਕਟਬਾਲ ਦੇ ਵਿੱਚ ਠੀਕ ਹੈ ਬਾਸਕਟਬਾਲ ਦੇ ਵਿੱਚ ਯਾਦ ਰੱਖਣਾ ਓਕੇ ਚੈਰੀ ਪੀਕਿੰਗ ਨੈਕਸਟ ਆਜੋ ਦਾ ਇੰਡੀਅਨ ਬੈਡਮਿੰਟਨ ਪਲੇਅਰ ਰੂਵ 온 ਦੇ ਕੈਨੇਡੀਅਨ ਓਪਨ ਇਨ ਊਮਨਸ ਡਬਲ ਟਾਈਟਲ ਠੀਕ ਹੈ ਨਾ ਮਤਲਬ ਕੈਨੇਡੀਅਨ ਓਪਨ ਹੋਇਆ ਸੀ ਬੈਡਮਿੰਟਨ ਗੇਮ ਦੇ ਵਿੱਚ ਕੈਨੇਡੀਅਨ ਓਪਨ ਹੋਇਆ ਸੀ ਜਿਹਦੇ ਚ ਡਬਲ ਟਾਈਟਲ ਹੈ ਜਿਹੜਾ ਊਮਨਸ ਦਾ ਉਹ 2015 ਚ ਅਸ਼ਵਨੀ ਪੁਨੱਪਾ ਤੇ ਇੱਕ ਪਲੇਅਰ ਹੋਰ ਸੀ ਇੰਡੀਆ ਦੀ ਉਹਨੇ ਜਿੱਤਿਆ ਤਾਂ ਅਸ਼ਵਨੀ ਪੁਨੱਪਾ ਦੇ ਨਾਲ ਸੀਗੀ ਜਵਾਲਾ ਗੁੱਟਾ ਠੀਕ ਹੈ ਅਸ਼ਵਨੀ ਪੁਨੱਪਾ ਤੇ ਜਵਾਲਾ ਗੁੱਟਾ ਦੋਨਾਂ ਨੇ ਕੈਨੇਡੀਅਨ ਓਪਨ ਜਿੱਤਿਆ ਸੀ 2015 ਦੇ ਵਿੱਚ ਠੀਕ ਹੈ ਯਾਦ ਰੱਖਣਾ ਮੇਨ ਚੀਜ਼ ਇੱਥੇ ਪਤਾ ਕੀ ਯਾਦ ਰੱਖ ਸਕਦੇ ਹੋ ਤੁਸੀਂ ਜਵਾਲਾ ਗੁੱਟਾ ਤੇ ਅਸ਼ਵਨੀ ਪੁਨੱਪਾ ਦਾ ਸਬੰਧ ਕਿਹੜੀ ਗੇਮ ਨਾਲ ਹੈ ਐਦਾਂ ਕਰਕੇ ਕੁਐਸਚਨ ਆ ਸਕਦਾ ਹੈ ਜਵਾਲਾ ਗੁੱਟਾ ਤੇ ਅਸ਼ਵਨੀ ਪੁਨੱਪਾ ਦਾ ਸਬੰਧ ਹੈਗਾ ਬੈਡਮਿੰਟਨ ਗੇਮ ਦੇ ਨਾਲ ਇਹ ਯਾਦ ਰੱਖਣ ਵਾਲਾ ਪੁਆਇੰਟ ਸੀਗਾ ਨੈਕਸਟ ਹੈ ਜੀ ਉਹ ਅਮੰਗ ਦਾ ਫੋਲੋਇੰਗ ਇਜ਼ ਓਨਲੀ ਇੰਡੀਅਨ ਟੂ ਹੈਵ ਵੋਨ ਆਰਮੇਚਰ ਵਰਲਡ ਟਾਈਟਲ ਇਨ ਬੋਥ ਸਨੁਕਰ ਐਂਡ ਬਿਲਿਆਰਡ ਗੇਮਸ ਠੀਕ ਹੈ ਨਾ ਸਨੁਕਰ ਗੇਮ ਤੇ ਬਿਲਿਆਰਡ ਗੇਮ ਦੇ ਵਿੱਚ ਇਕਲੌਤਾ ਇੰਡੀਅਨ ਕੌਣ ਹੈ ਜਿਨੇ ਦੋਹਾਂ ਗੇਮਾਂ ਦੇ ਵਿੱਚ ਮਤਲਬ ਸਨੁਕਰ ਤੇ ਬਿਲਿਆਰਡ ਗੇਮ ਦੇ ਵਿੱਚ ਆਰਮੇਚਰ ਵਰਲਡ ਟਾਈਟਰ ਹੈ ਜਿਹੜਾ ਜਿੱਤਿਆ ਹੋਇਆ ਇਹ ਪਲੇਅਰ ਹੈਗਾ ਜੀ ਪੰਕਜ ਅੜਵਾਨੀ ਇੰਡੀਆ ਦਾ ਨੰਬਰ 1 ਪਲੇਅਰ ਹੈ ਦੋਨਾਂ ਗੇਮਾਂ ਦੇ ਵਿੱਚ ਸੁਨੁਕਰ ਤੇ ਬੀਲੀਅਰਡਸ ਦੇ ਵਿੱਚ ਨੰਬਰ 1 ਪਲੇਅਰ ਹੈਗਾ ਪੰਕਜ ਅੜਵਾਨੀ ਬਹੁਤ ਇੰਪੋਰਟੈਂਟ ਹੈ ਯਾਦ ਰੱਖਣਾ ਸਾਰਿਆਂ ਨੇ ਪੰਕਜ ਅੜਵਾਨੀ ਦੇ ਉੱਤੇ ਡਾਇਰੈਕਟ ਇਦਾਂ ਦੇ ਕੁਐਸਚਨ ਵੀ ਦੇਖੇ ਗਏ ਆ ਪੰਕਜ ਅੜਵਾਨੀ ਦਾ ਸਬੰਧ ਕਿਹੜੀ ਗੇਮ ਨਾਲ ਹੈ ਸੁਨੁਕਰ ਤੇ ਬੀਲੀਅਰਡਸ ਠੀਕ ਹੈ ਨਾ ਨੈਕਸਟ ਹੈ ਜੀ ਥੇ ਟਰਮ ਡੋਲਫਿਨ ਕਿੱਕ ਕਿਹੜੀ ਗੇਮ ਨਾਲ ਸਬੰਧਿਤ ਹੈ ਤੇ ਡੋਲਫਿਨ ਕਿੱਥੇ ਹੁੰਦੀ ਹੈ ਪਾਣੀ ਦੇ ਵਿੱਚ ਤੇ ਪਾਣੀ ਦੇ ਵਿੱਚ ਕਿਹੜੀ ਗੇਮ ਹੁੰਦੀ ਹੈ ਸਵੀਮਿੰਗ ਠੀਕ ਹੈ ਯਾਦ ਰੱਖਣਾ ਹੈ ਬਈ ਡੋਲਫਿਨ ਕਿਕ ਸਬੰਧ ਸਵਿਮਿੰਗ ਦੇ ਨਾਲ ਹੈ ਬਾਕੀ ਇਹ ਕੁਝ ਹੋਰ ਵਰਡ ਹੈਗੇ ਆ ਜਿਹੜੇ ਸਵਿਮਿੰਗ ਦੇ ਨਾਲ ਰਿਲੇਟਡ ਹੈ ਤੁਸੀਂ ਯਾਦ ਰੱਖਣੇ ਆ ਫਰੰਟ ਕ੍ਰੋਲ ਬੈਕ ਸਟ੍ਰੋਕ ਬੀਚ ਸਟ੍ਰੋਕ ਬੱਟਰਫਲਾਈ ਟੰਬਲ ਟਰਨ ਜਾਂ ਫਲਿੱਪ ਟਰਨ ਠੀਕ ਹੈ ਟੰਬਲ ਟਰਨ ਜਾਂ ਫਲਿੱਪ ਟਰਨ ਇਹ ਸਾਰੇ ਵਰਡ ਜਿਹੜੇ ਹੈਗੇ ਆ ਸਵਿਮਿੰਗ ਦੇ ਨਾਲ ਰਿਲੇਟਡ ਹੈ ਮੋਸਟ ਇੰਪੋਰਟੈਂਟ ਹੈ ਯਾਦ ਰੱਖਣੀ ਰੱਖਣੇ ਆਪਾਂ ਨੇ ਠੀਕ ਹੈ ਨੈਕਸਟ ਆਜੋ ਵਿਚ ਵਿਦ ਵਿਚ ਆਫ ਦਾ ਫੋਲੋਇੰਗ ਸਪੋਰਟਸ ਕਰਨ ਚੰਡੋ ਕਾ ਜਿਹੜਾ ਉਹ ਰਿਲੇਟ ਕਰਦਾ ਹੈ ਕਿਹੜੀ ਗੇਮ ਦੇ ਨਾਲ ਕਰਨ ਚੰਡੋਕ ਇੰਡੀਆ ਦਾ ਜਾਨਿਆ ਮਾਨਾ ਪਲੇਅਰ ਹੈਗਾ ਬਈ ਕਾਰ ਰੇਸਿੰਗ ਦਾ ਕੁਝ ਸਿਲੈਕਟਡ ਜੀ ਆਪਣੀ ਇੰਡੀਆ ਦੇ ਵਿੱਚ ਇਹ ਕੋਈ ਕਾਸ ਫੇਮਸ ਨਹੀਂ ਹੈਗੀ ਗੇਮ ਕੁਝ ਸਿਲੈਕਟਡ ਜੇ ਬੰਦੇ ਆ ਜਿਹੜੇ ਕਾਰ ਰੇਸਿੰਗ ਦੇ ਨਾਲ ਰਿਲੇਟਡ ਹੈ ਇਹ ਯਾਦ ਰੱਖਣਾ ਹੈ ਪਰ ਇੱਕ ਤਾਂ ਕਰਨ ਚੰਡੋਕ ਹੋ ਗਿਆ ਤੇ ਇੱਕ ਹੋਰ ਹੈ ਨਾਰਾਇਣ ਕਾਰਤਿਕ ਠੀਕ ਹੈ ਇਹ ਦੋ ਬਾਰੇ ਜਿਹੜੇ ਯਾਦ ਰੱਖਣੇ ਆ ਚਰਨ ਕਰਨ ਚੰਡੋਕ ਤੇ ਨਾਰਾਇਣ ਕਾਰਤਿਕ ਠੀਕ ਹੈ ਨੈਕਸਟ ਬਹੁਤ ਵਾਰ ਇਹ ਕੁਐਸਚਨ ਮੈਂ ਦੇਖਿਆ ਹੋਇਆ ਪੇਪਰਾਂ ਦੇ ਵਿੱਚ ਠੀਕ ਹੈ ਨਾ ਸੀ ਸਰਕਾਪੇ ਜਿਹੜਾ ਇਹ ਕਿਹੜੀ ਗੇਮ ਨਾਲ ਸੰਬੰਧਿਤ ਹੈ ਹਾਕੀ ਫੁੱਟਬਾਲ ਦੇ ਨਾਲ ਠੀਕ ਹੈ ਨਾ ਫੁੱਟਬਾਲ ਦੇ ਨਾਲ ਕੱਪ ਤੇ ਟਰਾਫੀਆਂ ਦੇ ਉੱਤੇ ਵੀ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਆਉਂਦੇ ਆ ਠੀਕ ਹੈ ਯਾਦ ਰੱਖਣਾ ਨੈਕਸਟ ਹੈ ਜੀ ਪਾਨ ਸਿੰਘ ਤੋਮਰ ਪਾਨ ਸਿੰਘ ਤੋਮਰ who was a seven time national champion with associated with which of the following sports ਤਾਂ ਪਾਨ ਸਿੰਘ ਤੋਮਰ ਤੁਹਾਨੂੰ ਪਤਾ ਹੈ movies ਵੀ ਬਣੀ ਹੋਈ ਹੈ इरफान ਖਾਨ ਜਿਹੜੇ ਪਲੇਅਰ ਹੈਗੇ ਆ ਉਹਨਾਂ ਨੇ ਰੋਲ ਪਲੇ ਕਰਾਇਆ ਸੀਗਾ ਪਾਨ ਸਿੰਘ ਤੋਮਰ ਦਾ ਸੱਤ ਬਾਰ ਇਹ ਨੈਸ਼ਨਲ ਚੈਂਪੀਅਨ ਰਹਿ ਚੁਕੇ ਸੀ ਤੇ ਬਾਅਦ ਦੇ ਵਿੱਚ ਡਾਕੂ ਬਣ ਗਏ ਸੀ ਠੀਕ ਹੈ ਨਾ ਡਾਕੂ ਡਾਕੂ ਨਹੀਂ ਹੈਗਾ ਨਾ ਬਾਗੀ ਬਣ ਗਏ ਸੀ ਠੀਕ ਹੈ ਮੂਵੀ ਦੇ ਵਿੱਚ ਉਹ ਇਦਾਂ ਹੀ ਕਹਿੰਦਾ ਕਿ ਉਹ ਡਾਕੂ ਨਹੀਂ ਹੈਗਾ ਬਾਗੀ ਹੈਗਾ ਤਾਂ ਉਹ ਕਿਹੜੀ ਗੇਮ ਨਾਲ ਸੰਬੰਧਿਤ ਸੀਗੇ ਬਈ ਤਾਂ ਜਿਨ੍ਹਾਂ ਨੇ ਮੂਵੀ ਦੇਖੀ ਉਹਨਾਂ ਨੂੰ ਪਤਾ ਹੈ ਸਟਿੱਪਲ ਚੇਸ ਹੈ ਨਾ ਤਾਂ ਕਿਉਂ ਵੀ ਪਤਾ ਹੋਣਾ ਹੀ ਚਾਹੀਦਾ ਹੈ ਇਹ ਗੇਮ ਹੁੰਦੀ ਹੈ ਸਟਿੱਪਲ ਚੇਸ ਠੀਕ ਹੈ ਰਨਿੰਗ ਹੁੰਦੀ ਹੈ ਫਿਰ ਇਹ ਹਾਰਡਲ ਹੁੰਦੇ ਆ ਮਤਲਬ ਇਹਨੂੰ ਜੰਪ ਕਰਕੇ ਉਹ ਅੱਗੇ ਪਾਣੀ ਹੁੰਦਾ ਹੈ ਉਹਦੇ ਵਿੱਚ ਦੌੜਨਾ ਹੁੰਦਾ ਠੀਕ ਹੈ ਨਾ ਫਿਰ ਅੱਗੇ ਟ੍ਰੈਕ ਆ ਜਾਂਦਾ ਫਿਰ ਇਦਾਂ ਕਰਕੇ ਬਸ ਇਹ ਸਟੈਪਲ ਚੈਸ ਹੁੰਦੀ ਹੈ ਬਸ ਠੀਕ ਹੈ ਨੈਕਸਟ ਹੈ ਜੀ ਦਾ ਵਰਲਡ ਬਾਡੀ ਗਵਰਨਿੰਗ ਆਫ ਵਿਚ sport ਹੈਜ਼ ਇੰਟਰਡਿਊਸ ਅ ਨਿਊ ਗੇਮ ਫਾਰਮੈਟ ਕਾਲਡ ਟ੍ਰਿਪਲਸ ਠੀਕ ਹੈ ਤਾਂ ਕਿਹੜੀ ਗੇਮ ਹੈਗੀ ਆ ਜਾਂ ਕਿਹੜੀ ਕਿਹੜੀ ਵਰਲਡ ਬਾਡੀ ਹੈਗੀ ਆ ਜਿਨੇ ਇੱਕ ਗੇਮ ਦੇ ਵਿੱਚ ਫਾਰਮੈਟ ਨਵਾਂ ਇੰਟਰਡਿਊਸ ਕਰਿਆ ਟ੍ਰਿਪਲਸ ਟ੍ਰਿਪਲਸ ਮਤਲਬ ਤਿੰਨ ਦੇਖੋ ਕਿਹੜੀ ਬੈਡਮਿੰਟਨ ਗੇਮ ਹੈਗੀ ਨਾ ਬੈਡਮਿੰਟਨ ਬੈਡਮਿੰਟਨ ਕੀਆ ਜਾਂਦਾ ਇਕੱਲਾ ਪਲੇਅਰ ਖੇਲ ਸਕਦਾ ਇਕ ਪਲੇਅਰ ਦੇ ਨਾਲ ਹੈਨਾ ਤਾਂ ਉਹ ਸਿੰਗਲ ਹੋ ਗਿਆ ਦੋ ਦੋ ਪਲੇਅਰ ਹੁੰਦੇ ਦੋਸਤ ਇਕ ਸਾਈਡ ਤੇ ਦੂਜੀ ਸਾਈਡ ਉਹ ਡਬਲ ਹੋ ਗਿਆ ਤੇ ਹੁਣ ਕੀ ਕਰਤਾ ਇਹਨਾਂ ਨੇ ਤਿੰਨ ਕਰਤੇ ਤਿੰਨ ਪਲੇਅਰ ਇਕ ਸਾਈਡ ਤੇ ਤਿੰਨ ਪਲੇਅਰ ਇਕ ਸਾਈਡ ਠੀਕ ਹੈ ਉਹਨੂੰ ਆਪਾਂ ਟ੍ਰਿਪਲਸ ਠੀਕ ਹੈ ਤੇ ਉਹਨਾਂ ਤਿੰਨਾਂ ਦੇ ਵਿੱਚ ਇਕ ਫੀਮੇਲ ਹੋਣਾ ਜ਼ਰੂਰੀ ਹੈ ਟ੍ਰਿਪਲਸ ਕਿਨੇ ਕਿਹੜੀ ਗੇਮ ਦੇ ਵਿੱਚ ਆਇਆ ਨਵਾਂ ਫਾਰਮੈਟ ਆਇਆ ਬੈਡਮਿੰਟਨ ਦੇ ਵਿੱਚ ਤੇ ਬੈਡਮਿੰਟਨ ਦੀ ਵਰਲਡ ਗਵਰਨਿੰਗ ਬਾਡੀ ਕਿਹੜੀ ਹੈਗੀ ਹੈ ਬੈਡਮਿੰਟਨ ਵਰਲਡ ਫੈਡਰੇਸ਼ਨ ਹੈੱਡ ਕੁਆਟਰ ਕਿੱਥੇ ਹੈ ਦੱਸੋ ਜਰਾ ਕਮੈਂ ਬੈਡਮਿੰਟਨ ਵਰਲਡ ਫੈਡਰੇਸ਼ਨ ਦਾ ਹੈੱਡਕੁਆਰਟਰ ਕਿੱਥੇ ਹੈ ਨੈਕਸਟ ਦੀ ਹੈਲਮਟ ਆਫ ਵਿਕਟ ਕੀਪਰ ਇਜ਼ ਕੀਪਟ ਔਨ ਦਾ ਗਰਾਊਂਡ ਐਂਡ ਦਾ ਬੋਲ ਦੈਟ ਹੈਜ਼ ਬੋਲ ਦੈਟ ਦਾ ਬੈਟਸਮੈਨ ਸਟ੍ਰਾਈਕਸ ਹਿੱਟ ਦਾ ਹੈਲਮਟ ਹਾਊ ਮੈਨੀ ਪੈਨਲਟੀ ਰਨਸ ਆਰ ਗਿਵਨ ਟੂ ਦੀ ਬੈਟਿੰਗ ਟੀਮ ਫੋਰ ਥਿਸ ਅਕਰੈਂਸ ਕਹਿਣ ਦਾ ਮਤਲਬ ਹੈ ਜਦੋਂ ਜਿਹੜਾ ਵਿਕਟ ਕੀਪਰ ਹੁੰਦਾ ਹੈ ਕ੍ਰਿਕਟ ਦੇ ਵਿੱਚ ਉਹ ਆਪਣਾ ਹੈਲਮਟ ਗਰਾਊਂਡ ਤੇ ਉੱਤੇ ਰੱਖ ਦਿੰਦਾ ਹੈ ਠੀਕ ਹੈ ਤੇ ਬੈਟਸਮੈਨ ਜਦੋਂ ਸ਼ਾਟ ਵਗੈਰਾ ਮਾਰਦਾ ਸਟ੍ਰਾਈਕ ਕਰਦਾ ਹੈ ਨਾ ਤਾਂ ਬੋਲ ਜੇ ਉਹਦੇ ਤੇ ਲੱਗ ਜਾਂਦੀ ਹੈ ਤਾਂ ਉਹਨੂੰ ਕਿੰਨੇ ਰਨ ਮਿਲਦੇ ਆ ਉਸ ਟੀਮ ਨੂੰ ਪੈਨਲਟੀ ਦੇ ਤੌਰ ਤੇ ਠੀਕ ਹੈ ਨਾ ਮਤਲਬ ਪੈਨਲਟੀ ਦੂਜੀ ਟੀਮ ਤੇ ਲੱਗਦੀ ਹੈ ਉਹਨਾਂ ਨੂੰ 5 ਰਨ ਮਿਲਦੇ ਆ ਬਸ ਇਹ ਯਾਦ ਰੱਖਣਾ ਕਿੰਨੇ ਰਨ ਮਿਲਦੇ ਆ ਉਹਨਾਂ ਨੂੰ 5 ਰਨ ਮਿਲ ਜਾਂਦੇ ਆ ਬਈ ਠੀਕ ਹੈ ਨੈਕਸਟ ਮਾਰਚ 2019 ਦੇ ਵਿੱਚ ਕੇ ਗੋਵਿੰਦ ਰਾਜ ਨੂੰ ਦੁਬਾਰੇ ਪ੍ਰੈਜ਼ੀਡੈਂਟ ਬਣਾਇਆ ਗਿਆ ਕਿਹੜੀ ਸੰਸਥਾ ਦਾ ਤਾਂ ਇਹ ਇਹਨਾਂ ਨੂੰ ਬਣਾਇਆ ਗਿਆ ਬਈ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦਾ ਦੁਬਾਰੇ ਬਣਾਇਆ ਗਿਆ ਠੀਕ ਹੈ ਯਾਨੀ ਐਟ ਪ੍ਰੈਜ਼ੀਡੈਂਟ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਕੌਣ ਹੈਗੇ ਆ ਕੇ ਗੋਵਿੰਦ ਰਾਜ ਓਕੇ ਨੈਕਸਟ ਵਿਚ ਆਫ ਦਾ ਫੋਲੋਇੰਗ ਸਪੋਰਟਸ ਇਜ਼ ਪਲੇਡ ਔਨ ਪਲੇਡ ਇਨ ਅ ਵੈਲਡਰੋਮ ਬਹੁਤ ਇੰਪੋਰਟੈਂਟ ਹੈ ਵੈਲਡਰੋਮ ਦੇ ਵਿੱਚ ਕਿਹੜੀ ਗੇਮ ਹੈ ਜਿਹੜੀ ਖੇਲੀ ਜਾਂਦੀ ਹੈ ਸਾਈਕਲਿੰਗ ਹੈ ਜਿਹੜੀ ਬਾਈਸਾਈਕਲਿੰਗ ਇਹ ਕਰੀ ਜਾਂਦੀ ਹੈ ਬਈ ਠੀਕ ਹੈ ਤੇ ਇਦਾਂ ਦੇ ਕੁਐਸਚਨ ਵੀ ਆ ਜਾਂਦੇ ਆ ਇਹ ਕਿਹੜੀ ਗੇਮ ਕਿੱਥੇ ਖੇਲੀ ਜਾਂਦੀ ਹੈ ਹੈਨਾ ਉਹ ਫੀਲਡ ਜਸ ਗਰਾਉਂਡ ਆ ਉਹਦਾ ਨਾਮ ਪੁੱਛ ਲੈਂਦੇ ਆ ਠੀਕ ਹੈ ਤਾਂ ਵੈਲ ਡ੍ਰੋਮ ਦੇ ਵਿੱਚ ਕੀ ਕਰਿਆ ਜਾਂਦਾ ਹੈ ਸਾਈਕਲਿੰਗ ਕਰੀ ਜਾਂਦੀ ਹੈ ਜਿਵੇਂ ਬਾਕਸਿੰਗ ਰਿੰਗ ਦੇ ਵਿੱਚ ਕਰੀ ਜਾਂਦੀ ਹੈ ਹੈਨਾ ਇਦਾਂ ਕਰਕੇ ਠੀਕ ਹੈ ਨੈਕਸਟ ਹੈ ਜੀ ਰਾਫੇਲ ਨਡਾਲ ਇਹ ਕੁਐਸਚਨ ਪਹਿਲਾਂ ਆਪਾਂ ਕਰ ਚੁੱਕੇ ਆ ਲਾਸਟ ਵੀਡੀਓ ਦੇ ਵਿੱਚ ਵੀ ਹੈਨਾ ਰਾਫੇਲ ਨਡਾਲ ਕਿਹੜੀ ਕੰਟਰੀ ਦਾ ਹੈ ਸਪੈਨ ਦਾ ਨੈਕਸਟ ਵਿਦ ਵਿਚ ਆਫ ਦਾ ਫੋਲੋਇੰਗ ਸਪੋਰਟਸ ਆ ਸਪੋਰਟਸ ਇਜ਼ ਦਾ ਟਰਮ ਜੈਪ ਇਹ ਵਰਡ ਦੱਸਣਾ ਵੀ ਕਿਹੜੀ ਗੇਮ ਨਾਲ ਸਬੰਧਤ ਹੈ ਜੈਬ ਵਰਡ ਜਿਹੜਾ ਹੈਗਾ ਉਹ ਬਾਕਸਿੰਗ ਨਾਲ ਸੰਬੰਧਿਤ ਹੈ ਜੈ ਠੀਕ ਹੈ ਯਾਦ ਰੱਖਣਾ ਹੈ ਭਾਈ ਜੈਬ ਬਾਕਸਿੰਗ ਦੇ ਵਿੱਚ ਜਬਾੜਾ ਤੋੜ ਦਿੰਦੇ ਹਨ ਨਾ ਇੱਕ ਮਾਰ ਕੇ ਪੰਜ ਮਾਰ ਕੇ ਨਾ ਜਬਾੜਾ ਤਾਂ ਜਬਾੜੇ ਤੋਂ ਬਸ ਇਹ ਯਾਦ ਰੱਖਿਓ ਠੀਕ ਹੈ ਨੈਕਸਟ ਇਹ ਕੁਝ ਵਰਡ ਹੈਗੇ ਆ ਭਾਈ ਫੁੱਟਬਾਲ ਨਾਲ ਸੰਬੰਧਿਤ بیسਬਾਲ ਨਾਲ ਸੰਬੰਧਿਤ ਬਾਕਸਿੰਗ ਨਾਲ ਜਿਵੇਂ ਨੌਕਆਊਟ ਇਹ ਆਪਣਾ ਕੁਐਸਚਨ ਹੋ ਗਿਆ ਜੈਬ ਅਨ ਰਾਉਂਡ ਹੁੱਕ ਪੰਜ ਪੰਜ ਮਾਰਦੇ ਆ ਨਾ ਇਹ ਸਾਰਾ ਕੁਝ ਹੈ ਇਹ ਵਰਡ ਯਾਦ ਰੱਖਣੇ ਆ ਇੰਪੋਰਟੈਂਟ ਹੈਗੇ ਆ ਓਕੇ ਨੈਕਸਟ ਵਿਦ ਵਿਚ ਆਫ ਦਾ ਫੋਲੋਇੰਗ ਸਪੋਰਟਸ ਇਜ਼ ਦਾ ਟਰਮ ਬਿਬ ਬਿਬ ਟਰਮ ਹੈ ਜਿਹੜੀ ਉਹ ਕਿਹੜੀ ਗੇਮ ਨਾਲ ਰਿਲੇਟਡ ਹੈ ਤਾਂ ਰਨਿੰਗ ਜਿਹੜੇ ਕਰਦੇ ਆ ਉਹਨਾਂ ਦੀ ਟੀ-ਸ਼ਰਟ ਦੇ ਉੱਤੇ ਜਾਓ ਜੋ ਵੀ ਮਤਲਬ ਉਹ ਪਾ ਕੇ ਰੱਖਦੇ ਆ ਨਾ ਕੱਪੜੇ ਵਗੈਰਾ ਉੱਥੇ ਅੱਗੇ ਜਾਂ ਪਿੱਛੇ ਇੱਕ ਸਟicker ਲੱਗੇ ਹੁੰਦੇ ਇੱਕ ਸ਼ੀਟ ਲੱਗੀ ਹੁੰਦੀ ਹੈ ਜਿਹਦੇ ਉੱਤੇ ਨੰਬਰ ਲਿਖਿਆ ਹੁੰਦਾ ਠੀਕ ਹੈ ਨਾ ਅੱਗੇ ਵੀ ਤੇ ਬੈਕ ਸਾਈਡ ਤੇ ਵੀ ਉਹਨੂੰ ਕਿਹਾ ਜਾਂਦਾ ਬਿਬ ਤਾਂ ਰਨਿੰਗ ਦੇ ਵਿੱਚ ਇਹ ਯੂਜ਼ ਹੁੰਦਾ ਹੈ ਠੀਕ ਹੈ ਨੈਕਸਟ ਆ ਜਾਓ ਵਿਦ ਵਿਚ ਆਫ ਦਾ ਫੋਲੋਇੰਗ ਸਪੋਰਟਸ ਇਜ਼ ਦਾ ਟਰਮ ਟੰਬਲ ਟਰਨਸ ਐਸੋਸੀਏਟਿਡ ਟੰਬਲ ਟਰਨ ਕਿਹੜੀ ਗੇਮ ਨਾਲ ਸੰਬੰਧਿਤ ਹੈ ਤਾਂ ਇਹ ਸੰਬੰਧਿਤ ਹੈਗੀ ਆ ਵੀ ਟੰਬਲ ਟਰਨ ਸਵੀਮਿੰਗ ਦੇ ਨਾਲ ਠੀਕ ਹੈ ਸਵੀਮਿੰਗ ਦੇ ਨਾਲ ਆਪਾਂ ਪਹਿਲਾਂ ਜਦੋਂ ਪੜ੍ਹਿਆ ਸੀ ਸਵੀਮਿੰਗ ਵਾਲਾ ਕੁਐਸਚਨ ਉੱਥੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਟੰਬਲ ਟਰਨ ਇਹ ਹੈ ਸਵੀਮਿੰਗ ਆ ਦੇ ਟੰਬਲ ਟਰਨ ਹੈਗੀ ਹੈ ਜਿਹੜੀ ਸਵੀਮਿੰਗ ਦੇ ਨਾਲ ਰਿਲੇਟਡ ਹੈ ਓਕੇ ਨੈਕਸਟ ਆਜੋ ਆਪਣੇ ਪ੍ਰਸ਼ਨ ਦੇ ਉੱਤੇ ਕਿਹੜਾ ਹੈ ਆਪਣਾ ਇੱਥੇ ਗਿਆ ਭਾਈ ਓਕੇ ਨੈਕਸਟ ਆਜੋ ਵਿਦ ਵਿਚ ਆਫ ਦਾ ਫੋਲੋਇੰਗ ਸਟੇਟ ਇਜ਼ ਦਾ ਟਰਮ ਟਵਿਡਲ ਟਵਿਡਲ ਕਿਹੜੀ ਗੇਮ ਨਾਲ ਐਸੋਸੀਏਟਡ ਹੈ ਤਾਂ ਟਵਿਡਲ ਹੈਗਾ ਯਾ ਟੇਬਲ ਟੈਨਿਸ ਨਾਲ ਰਿਲੇਟਡ ਠੀਕ ਹੈ ਇਹ ਵੀ ਯਾਦ ਰੱਖਣਾ ਟੇਬਲ ਟੈਨਿਸ ਨਾਲ ਰਿਲੇਟਡ ਇਹ ਵਰਡ ਹੈਗਾ ਯਾ ਨੈਕਸਟ ਹੈ ਜੀ ਹੰਪੀ ਕੁਨੇਰੂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਹੀ ਜ਼ਿਆਦਾ ਕੁਨੇਰੂ ਹੰਪੀ ਵੀ ਬੋਲ ਸਕਦੇ ਆ ਜਾਂ ਹੰਪੀ ਕੁਨੇਰੂ ਵੀ ਬੋਲ ਸਕਦੇ ਆ ਫੀਮੇਲ ਪਲੇਅਰ ਹੈ ਇੰਡੀਆ ਦੀ ਬਹੁਤ ਹੀ ਜ਼ਿਆਦਾ ਫੇਮਸ ਹੈ ਚੈਸ ਗੇਮ ਦੇ ਵਿੱਚ ਠੀਕ ਹੈ ਤੇ ਸਭ ਤੋਂ ਘੱਟ ਉਮਰ ਦੇ ਵਿੱਚ ਗ੍ਰੈਂਡਮਾਸਟਰ ਦਾ ਟਾਈਟਲ ਜਿੱਤਣ ਵਾਲੀ ਪਲੇਅਰ ਹੈਗੀ ਆ ਕੋਨੇਰੂ ਹੰਪੀ ਆਂਧਰਾ ਪ੍ਰਦੇਸ਼ ਤੋਂ ਬਿਲੋਂਗ ਕਰਦੀ ਹੈ ਯਾਦ ਰੱਖਣਾ ਠੀਕ ਹੈ ਆਂਧਰਾ ਪ੍ਰਦੇਸ਼ ਨੂੰ ਬਿਲੋਂਗ ਕਰਦੀ ਹੈ ਚੈਸ ਦੀ ਜਗ ਚੈਸ ਦੀ ਮਤਲਬ ਤੁਸੀਂ ਕਹੋ ਇੰਡੀਆ ਦੀ ਨੰਬਰ 1 ਫੀਮੇਲ ਪਲੇਅਰ ਹੈਗੀ ਹੈ ਚੈਸ ਦੀ ਗ੍ਰੈਂਡਮਾਸਟਰ ਦਾ ਟਾਈਟਲ ਇਹਨਾਂ ਨੇ ਜਿੱਤਿਆ ਹੋਇਆ ਹੈ ਗ੍ਰੈਂਡਮਾਸਟਰ ਪਤਾ ਹੈ ਨਾ ਚੈਸ ਦਾ ਸਭ ਤੋਂ ਵੱਡਾ ਟਾਈਟਲ ਹੁੰਦਾ ਹੈ ਗ੍ਰੈਂਡਮਾਸਟਰ ਉਹ ਵੀ ਇਹਨਾਂ ਨੇ ਜਿੱਤਿਆ ਹੋਇਆ ਤੇ ਸਭ ਤੋਂ ਘੱਟ ਉਮਰ ਦੀ ਖਿਡਾਰੀ ਹੈਗੀ ਹੈ ਮਹਿਲਾ ਖਿਡਾਰੀ ਜਿਨ੍ਹਾਂ ਨੇ ਇਹ ਟਾਈਟਲ ਜਿੱਤਿਆ ਸੀ ਯਾਦ ਰੱਖਣਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੈਕਸਟ ði ਟਰਮ ਐਡਰੈਸ ði ਟਰਮ ਐਡਰੈਸ ਇ विद व्हिच ऑफ द फॉलोइंग स्पोक्स ठीक है ना, है। है है। है ना? है, है। तो एड्रेस ਦੱਸਣਾ ਵੀ ਆਪਾਂ ਨੇ ਕਿਹੜੀ ਗੇਮ ਨਾਲ ਸੰਬੰਧਿਤ ਹੈ ਤਾਂ ਐਡਰੈਸ ਹੈਗਾ ਬਈ 골ਫ ਨਾਲ ਸੰਬੰਧਿਤ ਠੀਕ ਹੈ ਨਾ 골ਫ ਨਾਲ ਸੰਬੰਧਿਤ ਹੈ ਯਾਦ ਰੱਖਣਾ ওকে ਪਹਿਲਾਂ ਆਪਾਂ ਨੇ ਪੁੱਟ ਵਰਡ ਦੇਖਿਆ ਸੀ ਉਹ ਵੀ 골ਫ ਨਾਲ ਸੰਬੰਧਿਤ ਸੀ ਤੇ ਐਡਰੈਸ ਵੀ 골ਫ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ ਵਰਡ ਜੈਮਿੰਗ ਜੈਮਿੰਗ ਦੱਸਣਾ ਆਪਾਂ ਨੇ ਕਿਹੜੀ ਗੇਮ ਨਾਲ ਸੰਬੰਧਿਤ ਹੈ ਤਾਂ ਵਰਡ ਜੈਮਿੰਗ ਹੈਗਾ ਬਈ ਟੈਨਿਸ ਨਾਲ ਸੰਬੰਧਿਤ ਜਾਂ ਲੌਨ ਟੈਨਿਸ ਵੀ ਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਨਾ ਲੌਨ ਟੈਨਿਸ ਯਾਨੀ ਟੈਨਿਸ ਨਾਲ ਸੰਬੰਧਿਤ ਹੈਗਾ ਜੈਮਿੰਗ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਇਸਾਰੇ ਕੁਐਸਚਨ ਪਹਿਲਾਂ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਬਈ ਠੀਕ ਹੈ ਨੈਕਸਟ ਹੈ ਵੀ ਡੈਸ਼ ਕ੍ਰੀਏਟਿਡ ਹਿਸਟਰੀ ਐਂਡ ਬਿਕਮ ਦਾ ਫਰਸਟ ਇੰਡੀਅਨ ਮੈਡਲਿਸਟ ਫਰਸਟ ਇੰਡੀਅਨ ਮੈਡਲਿਸਟ ਐਟ ਦਾ 2003 ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਇਨ ਪੈਰਿਸ ਵੈਨ ਸੀ ਵਨ ਅ ਬ੍ਰਾਉਨਜ਼ ਮੈਡਲ ਇਨ ਊਮਨ ਲੌਂਗ ਜੰਪ ਗੱਲ ਹੋ ਰਹੀ ਹੈ ਅੰਜੂ ਬੋਬੀ ਜੋਰਜ ਸੀ ਠੀਕ ਹੈ ਨਾ ਲਾਸਟ ਵੀਡੀਓ ਦੇ ਵਿੱਚ ਵੀ ਆਪਾਂ ਨੇ ਇਸ ਕੁਐਸਚਨ ਨੂੰ ਡਿਸਕਸ ਕਰਿਆ ਸੀ ਇਹਨੂੰ ਡਿਸਕਸ ਕਰਿਆ ਸੀ ਠੀਕ ਹੈ ਬਟ ਕੁਐਸਚਨ ਕੋਈ ਹੋਰ ਸੀ ਉਹ ਠੀਕ ਹੈ ਨੈਕਸਟ ਹੈ ਜੀ विद विच ऑफ द फॉलोइंग स्पोर्ट्स इज दी बहुत इंपॉर्टेंट है भाई डर्बिट ट्रॉफी केड़ी गेम ਨਾਲ ਸੰਬੰਧਤ ਹੈ ਤਾਂ हॉर्स रेसिंग ਦੇ ਨਾਲ ਇਹ ਟਰੋਫੀ ਹੈ ਜਿਹੜੀ ਸੰਬੰਧਤ ਹੈ ਯਾਦ ਰੱਖਣਾ ਬਹੁਤ ਘੱਟ ਟਰੋਫੀਆਂ ਹੈਗੀਆਂ हॉर्स रेसिंग ਵਾਲੀ بس ਸਿਲੇਕਟਡ ਜੀ ਹੈਗੀਆਂ ਉਹ ਮੇਂ ਕੁਐਸਚਨ ਵਿੱਚ ਕਵਰ ਕਰ ਦੂੰ ਠੀਕ ਹੈ ਯਾਦ ਰੱਖਣਾ ਨੈਕਸਟ ਵਿਚ ਆਫ द फॉलोइंग इज द प्रो ਕਬੱਡੀ ਟੀਮ ਠੀਕ ਹੈ ਤਾਂ ਕਬੱਡੀ ਜਿਵੇਂ ক্রিকেট ਦੇ ਵਿੱਚ ਆਈਪਲ ਹੈ ਤਾਂ ਕਬੱਡੀ ਦੇ ਵਿੱਚ ਪ੍ਰੋ ਕਬੱਡੀ ਹੁੰਦਾ ਹੈ ਬਈ ਅਲੱਗ ਅਲੱਗ ਸਟੇਟਾਂ ਨੇ ਆਪਣੀ ਆਪਣੀ ਟੀਮਾਂ ਬਣਾਈ ਹੋਈਆਂ ਨੇ ਤਾਂ ਉਹ ਹੀ ਦੱਸਣਾ ਕਿ ਇਹਨਾਂ ਵਿੱਚੋਂ ਕਿਹੜੀ ਟੀਮ ਨਹੀਂ ਹੈ ਕੁਝ ਆਈਪੀਐਲ ਦੀ ਟੀਮਾਂ ਮਿਕਸ ਕਰੀ ਹੋਈਆਂ ਨੇ ਇਹਨਾਂ ਦੇ ਵਿੱਚ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੈ ਤੇਲਗੂ ਟਾਈਟਨਸ ਠੀਕ ਹੈ ਨਾ ਤੇਲਗੂ ਟਾਈਟਨ ਜਿਹੜੀ ਹੈਗੀ ਉਹ ਕਬੱਡੀ ਦੀ ਟੀਮ ਹੈ ਬਾਕੀ ਸਨਰਾਇਜ਼ ਹైదరాబాద్ ਦਿੱਲੀ ਕੈਪੀਟਲਸ ਮੁੰਬਈ ਇੰਡੀਅਨਸ ਇਹ ਸਾਰੀ ਆਈਪੀਐਲ ਦੀ ਟੀਮਾਂ ਨੇ ক্রিকেট ਖੇਡਦੀਆਂ ਠੀਕ ਹੈ ਨਾ ਹੁਣ ਆਪਾਂ ਗੱਲ ਕਰਦੇ ਆ ਪ੍ਰੋ ਕਬੱਡੀ ਟੀਮਾਂ ਦੀ ਜਾਂ ਪ੍ਰੋ ਕਬੱਡੀ ਲੀਗ ਦੀ ਇਹ ਪ੍ਰੋ ਕਬੱਡੀ ਲੀਗ ਹੈ ਜਿਹੜੀ ਇਹ 2014 ਦੇ ਵਿੱਚ ਸ਼ੁਰੂ ਕਰੀ ਗਈ ਸੀ ਠੀਕ ਹੈ ਪੁਰੋ ਕਬੱਡੀ ਲੀਗ 2014 ਦੇ ਵਿੱਚ ਸ਼ੁਰੂ ਹੋਇਆ ਸੀ ਟੂਰਨਾਮੈਂਟ ਇਹ ਠੀਕ ਹੈ ਕਿੰਨੀ ਟੀਮਾਂ ਨੇ ਟੋਟਲ ਟੋਟਲ ਹੈਗੀਆਂ 12 ਟੋਟਲ ਕਿੰਨੀ ਟੀਮਾਂ ਨੇ ਭਾਈ 12 ਟੀਮਾਂ ਨੇ ਇਹ ਹੈਗੀਆਂ 12 ਦੀ 12 ਟੀਮਾਂ ਪਟਨਾ ਪਾਇਰੇਟਸ ਬੰਗਲੂਰੂ ਬੂਲਸ ਯੂ ਮੁੰਬਾ ਤੇਲਗੂ ਟਾਈਟਨਸ ਪੁਨੇਰੀ ਪਲਟਨਸ ਦਬੰਗ ਦਿੱਲੀ ਬੰਗਾਲ ਵਾਰੀਅਰਸ ਜੈਪੁਰ ਪਿੰਕ ਪੈਂਥਰਸ ਯੂਪੀ ਯੋਧਾ ਗੁਜਰਾਤ ਗੈਂਡਸ ਹਰਿਆਣਾ ਸਟੀਲਰਸ ਤਾਮਿਲ ਥਲਾਈਵਾਸ ਠੀਕ ਹੈ ਯਾਦ ਰੱਖਣਾ ਹੈ बारह टीम ने दो हज़ार चौदह चुरू हुई स इस तु तो अलावा याद की रखना आपने याद रखना कि गेम हो चुकिया ने तो यह गेम हो चुकिया ने बई अठ बार सिलेक्ट हो गया ठीक है यह गेम हो चुकिया ने अठ बार गेम हो चुकिया ने अठ बार ओके सब तो पहला टाइटल जोड़ा जितया मतलब अठ सीजन हो चुके ने ਠੀਕ ਹੈ ਤੇ ਲੇਟੈਸਟ ਸੀਜ਼ਨ ਜਿਹੜਾ ਹੈਗਾ ਉਹ ਦਿੱਲੀ ਨੇ ਜਿੱਤਿਆ ਸੀ ਠੀਕ ਹੈ ਪਟਨਾ ਨੂੰ ਹਰਾ ਕੇ ਤੇ ਸਭ ਤੋਂ ਪਹਿਲੇ ਵਾਲਾ ਦਿੱਤਾ ਸੀ ਜੈਪੁਰ ਪਿੰਕ ਪੈਂਥਰਸ ਨੇ ਸਭ ਤੋਂ ਜ਼ਿਆਦਾ ਜਿਹੜੇ ਟਾਈਟਨ ਟਾਈਟਲ ਜਿੱਤੇ ਆ ਉਹ ਪਟਨਾ ਨੇ ਜਿੱਤੇ ਪਟਨਾ ਦੀ ਟੀਮ ਨੇ ਤਿੰਨ ਜਿੱਤੇ ਆ ਠੀਕ ਹੈ ਯਾਦ ਰੱਖਣਾ ਆਪਾਂ ਨੇ ਬਸ ਇਨਕ ਇਹ ਪੁਆਇੰਟ ਯਾਦ ਰੱਖੋ ਕਿ 8 ਸੀਜ਼ਨ ਹੋ ਚੁੱਕੇ ਆ ਸਭ ਤੋਂ ਲੇਟੈਸਟ ਵਿਨਰ ਜਿਹੜਾ ਹੈਗਾ ਉਹ ਦਿੱਲੀ ਦੀ ਟੀਮ ਹੈ 12 ਟੀਮਾਂ ਹੈਗੀਆਂ ਪਹਿਲਾ ਸਭ ਤੋਂ ਜ਼ਿਆਦਾ ਟਾਈਟਲ ਜਿਹੜੇ ਜਿੱਤੇ ਆ ਉਹ ਪਟਨਾ ਨੇ ਜਿੱਤੇ ਆ ਠੀਕ ਹੈ 2014 ਚ ਇਸ ਟਾਈਟਲ ਜਿਹੜੇ ਸ਼ੁਰੂ ਹੋਏ ਸੀ ਠੀਕ ਹੈ ਬ apart from the first edition new delhi has hosted the dash edition uh, of the asian games theek hai na asian games the pehle edition nu chhad do bhai kehna matlab hai pehla edition thonu pata hai asian games kado start hui si 1951 pehla pehla kithe hui si new delhi de vich us to alawa hor kado hui hai ta us to alawa ਨੋਵਾ ਐਡੀਸ਼ਨ ਹੈ ਜਿਹੜਾ ਉਹ ਏਸ਼ੀਅਨ ਗੇਮਸ ਦਾ ਦਿੱਲੀ ਦੇ ਵਿੱਚ ਹੀ ਹੋਇਆ ਸੀ ਤੇ ਏਸ਼ੀਅਨ ਗੇਮਸ ਜਦੋਂ ਆਪਾਂ ਨੇ ਕਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਦਾਂ ਕਰਕੇ ਕੁਐਸਚਨ ਆ ਜਾਂਦਾ ਹੈ ਤੇ ਤੁਸੀਂ ਧਿਆਨ ਨਾਲ ਪੜਿਆ ਹੋਣਾ ਤਾਂ ਤੁਹਾਨੂੰ ਸਨ ਵੀ ਯਾਦ ਹੋਣਾ ਕਦੋਂ ਇਹ ਹੋਇਆ ਸੀ ਠੀਕ ਹੈ ਨਾ ਕਦੋਂ ਇਹ ਕਰਾਇਆ ਗਿਆ ਸੀ ਚਲੋ ਮੈਂ ਤੁਹਾਨੂੰ ਚਾਰ ਆਪਸ਼ਨ ਦਿੰਦਾ 1980 81 82 ਜਾਂ 83 ਠੀਕ ਹੈ ਨਾ ਕਦੋਂ ਹੋਇਆ ਸੀ ਇਹ ਤੁਸੀਂ ਕਮੈਂਟ ਕਰਕੇ ਦੱਸੋ ਠੀਕ ਹੈ ਨੈਕਸਟ ਆਜੋ the union government bestow national sports award every year to recognize and rewards excellence in sports of india which of the following is not one of these awards sports di category de vich government of india valo har saal kuch award hai jehde de, de jande hain bas inna yaad rakhna si keda inna de vichon vich nahi hai te so, dekho arjuna award vi hai ge ya dhyan chandra award vi hai ge drona dronaacharya award vi hai ge but khelo india koi ਅਵਾਰਡ ਨਹੀਂ ਹੈਗਾ ਖੇਲੋ ਇੰਡੀਆ ਤਾਂ ਗੇਮਸ ਨੇ ਠੀਕ ਹੈ ਤਾਂ ਯਾਦ ਰੱਖਣਾ ਸੀ ਆਪਾਂ ਨੇ ਬਾਕੀ ਇਹ ਅਵਾਰਡਸ ਕਿ ਕਿਨੂੰ ਕਿਨੂੰ ਮਿਲੇ ਹੈ ਕਦੋਂ ਸ਼ੁਰੂ ਹੋਏ ਹੈ ਇਹ ਇੱਕ ਅਲੱਗ ਤੋਂ ਹੀ ਵੀਡੀਓ ਹੈਗੀ ਹੈ ਮੇਰੀ ਸਪੋਰਟਸ ਅਵਾਰਡ ਦੇ ਨਾਤੇ ਉਹ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਠੀਕ ਹੈ ਉੱਥੇ ਲੇਟੈਸਟ ਅਵਾਰਡ ਵੀਨਰਸ ਵੀ ਮੈਂ ਸਾਰੇ ਦੱਸੇ ਹੋਏ ਆ ਤੁਹਾਨੂੰ ਇਨ ਵਿਚ ਇਅਰ ਡਿਡ ਇੰਡੀਪੈਂਡੈਂਟ ਇੰਡੀਆ ਵਿਨ ਇਟਸ ਫਰਸਟ 올림픽 골ਡ ਮੈਡਲ ਇੰਡੀਪੈਂਡੈਂਟ ਇੰਡੀਆ ਮਤਲਬ ਆਜ਼ਾਦ ਭਾਰਤ ਨੇ ਪਹਿਲਾ ਮੈਡਲ ਕਦੋਂ ਜਿੱਤਿਆ ਸੀ ਵੈਸੇ ਤਾਂ ਸਾਨੂੰ ਪਤਾ ਹੈ 1928 ਦੇ ਵਿੱਚ ਆਪਣਾ ਪਹਿਲਾ ਮੈਡਲ ਆ ਗਿਆ ਸੀ 골ਡ ਹਨ 1948 ਦੇ ਵਿੱਚ ਜਿੱਤਿਆ ਸੀ ਇਹ ਵੀ 골ਡ ہاکی ਨਹੀਂ ਜਿੱਤਿਆ ਸੀ ਠੀਕ ਹੈ ਯਾਦ ਰੱਖਣਾ ਹੈ ਨੈਕਸਟ ਆਦੋ A ਮਾਈਨਰ ਪਲੈਨਟ ਇਜ਼ ਨੇਮਡ ਆਫਟਰ ਵਿਚ ਆਫ ਦਾ ਫੋਲੋਇੰਗ ਲੈਜੈਂਡ ਤਾਂ ਇੱਕ ਛੋਟਾ ਗ੍ਰਹਿ ਕੋਈ ਉਹਦਾ ਨਾਮ ਕਿਹੜੇ ਮਹਾਨ ਵਿਅਕਤੀ ਦੇ ਨਾਂ ਤੇ ਰੱਖਿਆ ਗਿਆ ਤਾਂ ਇਸ ਗ੍ਰਹਿ ਦਾ ਨਾਮ ਰੱਖਿਆ ਗਿਆ ਵੀ ਵਿਸ਼ਵਨਾਥਨ ਆਨੰਦ ਦੇ ਨਾਂ ਤੇ ਤੇ ਵਿਸ਼ਵਨਾਥਨ ਆਨੰਦ ਇੰਡੀਆ ਦੇ ਸਭ ਤੋਂ ਮਹਾਨ ਚੈਸ ਪਲੇਅਰਾਂ ਵਿੱਚੋਂ ਇੱਕ ਹੈ ਠੀਕ ਹੈ ਨਾ ਚੈਸ ਪਲੇਅਰ ਹੈ ਵਿਸ਼ਵਨਾਥਨ ਆਨੰਦ ਤੇ ਫਰਸਟ ਗ੍ਰੈਂਡਮਾਸਟਰ ਵੀ ਹੈਗੇ ਆ ਇੰਡੀਆ ਦੇ ਤੇ ਗ੍ਰੈਂਡਮਾਸਟਰ ਤੁਹਾਨੂੰ ਪਤਾ ਹੈ ਵੀ ਉਹਦਾ ਟਾਈਟਲ ਹੈ ਮਤਲਬ ਆਪਣੀ ਚੈਸ ਗੇਮ ਦਾ ਸਭ ਤੋਂ ਵੱਡਾ ਅਵਾਰਡ ਹੈਗਾ ਆ ਜਾਂ ਮਤਲਬ ਟੂਰਨਾਮੈਂਟ ਹੈ ਗ੍ਰੈਂਡਮਾਸਟਰ ਉਹ ਯਾਦ ਰੱਖਣਾ ਹੈ ਭਾਨੇ ਤੇ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਸਪੋਰਟਸ ਅਵਾਰਡ ਹੈਗਾ ਆ ਜਿਹਨੂੰ ਪਹਿਲਾਂ ਰਾਜੀਵ ગાંધી ਖੇਲ ਰਤਨਾ ਅਵਾਰਡ ਕਿਹਾ ਜਾਂਦਾ ਸੀ ਹੁਣ ਮੇਜਰ ਧਿਆਨ ਚੰਦਰ ਖੇਲ ਰਤਨਾ ਅਵਾਰਡ ਕਿਹਾ ਜਾਂਦਾ ਹੈ ਠੀਕ ਹੈ ਉਹ ਵੀ ਜਿੱਤਣ ਵਾਲੇ ਪਹਿਲੇ ਖਿਡਾਰੀ ਸੀ ਵਿਸ਼ਵਨਾਥ ਆਨੰਦ ਠੀਕ ਹੈ ਆਪਣੇ ਇੰਡੀਆ ਦਾ ਸਪੋਰਟਸ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਹੈਗਾ ਆ ਪਹਿਲਾਂ ਉਹਨੂੰ ਕਿਹਾ ਜਾਂਦਾ ਸੀ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੁਣ ਉਹਦਾ ਨਾਮ ਚੇਂਜ ਹੋ ਗਿਆ ਸੀ ਲਾਸਟ ਇਅਰ 29 ਅਗਸਤ ਨੂੰ ਉਹਦਾ ਨਾਮ ਰੱਖਿਆ ਗਿਆ ਸੀ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਉਹ ਜਿੱਤਣ ਵਾਲੇ ਜਾਂ ਉਹ ਪ੍ਰਾਪਤ ਕਰਨ ਵਾਲੇ ਇੰਡੀਆ ਦੇ ਮਤਲਬ ਉਹ ਇੰਡੀਆ ਦਾ ਹੀ ਅਵਾਰਡ ਹੈ ਉਹ ਕੰਦੇ ਸੀਗੇ ਵੀ ਵਿਸ਼ਵਨਾਥਨ ਆਨੰਦ ਠੀਕ ਹੈ ਨੈਕਸਟ ਹੈ ਜੀ ਦਾ ਇੰਡੀਅਨ 올림픽 ਐਸੋਸੀਏਸ਼ਨ ਐਕਸਪ੍ਰੈਸ ਇੰਟਰਨੈਸ਼ਨਲ ਟੂ ਹੋਸਟ ਦੀ ਡੈਸ਼ ਸਮਰ 올림픽 ਤਾਂ ਮਤਲਬ ਆਪਣੀ ਜਿਹੜੀ 올림픽 ਦੀ ਕਮੇਟੀ ਹੈਗੀ ਆ ਹਨਾ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਵੀ 2032 ਵਾਲਾ ਸਮਰ 올림픽 ਕਰਾਉਣ ਦੀ ਸੋਚੀ ਸੀਗੀ ਇੰਟਰਸਟ ਲਿਆ ਸੀ ਬਟ ਨਹੀਂ ਹੋ ਮਿਲਿਆ ਠੀਕ ਹੈ ਨਾ 2032 ਦਾ ਹੀ ਯਾਦ ਰੱਖਣਾ ਇਹਨਾਂ ਨੇ 2032 'ਚ ਸੋਚਿਆ ਸੀ ਬਟ ਇਹ ਕਿਨੂੰ ਮਿਲਿਆ ਹੈ ਮਤਲਬ ਕੌਣ ਸੀ ਸਿਟੀ ਹੈ ਜਿਹੜੀ ਹੋਸਟ ਕਰੂਗੀ 2032 ਦੇ 올림픽 ਤਾਂ ਉਹ ਕਰੂਗੀ ਆਸਟ੍ਰੇਲੀਆ ਦੀ ਬ੍ਰਿਸਬੇਨ ਠੀਕ ਹੈ ਨਾ ਆਸਟ੍ਰੇਲੀਆ ਦੇ ਵਿੱਚ ਹੋਣਗੇ ਬ੍ਰਿਸਬੇਨ ਦੇ ਵਿੱਚ ਨੈਕਸਟ ਹੈ ਜੀ ਖੇਲੋ ਇੰਡੀਆ ਯੂਥ ਗੇਮਸ ਐਮ ਆਉਗਤ ਹੈ ਖੇਲੋ ਇੰਡੀਆ ਯੂਥ ਗੇਮਸ ਵਾਸ ਪ੍ਰੀਵੀਅਸਲੀ ਕਾਲਡ ਮਤਲਬ ਖੇਲੋ ਇੰਡੀਆ ਯੂਥ ਗੇਮਸ ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ ਆ ਇਹ ਮੇਰੀ ਵੀਡੀਓ ਹੈਗੀ ਸੀ ਬਈ ਖੇਲੋ ਇੰਡੀਆ ਗੇਮਸ ਦੀ ਉਮੀਦ ਹੈ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਠੀਕ ਹੈ ਜੇ ਨਹੀਂ ਦੇਖੀ ਤਾਂ ਹੁਣ ਜਾ ਕੇ ਦੇਖ ਲਓ ਖੇਲੋ ਇੰਡੀਆ ਗੇਮਸ ਨੂੰ ਕੰਪਲੀਟਲੀ ਇਹਦੇ ਚ ਮੈਂ ਐਕਸਪਲੇਨ ਕਰਿਆ ਹੋਇਆ ਬਈ ਤੇ ਲੇਟੈਸਟ ਵੀਨਰ ਵਗੈਰਾ ਸਭ ਕੁਝ ਦੱਸਿਆ ਵੈ ਕਰੰਟ ਅਫੇਅਰ ਦੇ ਵੀ ਕੁਐਸਚਨ ਇਹਦੇ ਚ ਹੈਗੇ ਆ ਸਾਰੇ ਤਾਂ ਪਹਿਲਾਂ ਇਹਨੂੰ ਕਿਹਾ ਜਾਂਦਾ ਸੀ ਖੇਲੋ ਇੰਡੀਆ ਸਕੂਲ ਗੇਮਸ ਖੇਲੋ ਇੰਡੀਆ ਸਕੂਲ ਗੇਮਸ ਇਹਨੂੰ ਕਿਹਾ ਜਾਂਦਾ ਸੀ ਠੀਕ ਹੈ ਨਾ ਬਾਕੀ ਦੀ ਡਿਟੇਲ ਤੁਸੀਂ ਆਹ ਵੀਡੀਓ ਮੇਰੀ ਦੇਖ ਸਕਦੇ ਹੋ ਨੈਕਸਟ ਡੈਸ਼ ਵਾਸ ਕੰਸਟਰਕਟਡ ਇਨ 1994 ਫੋਰ ਦੀ ਨੈਸ਼ਨਲ ਗੇਮਸ ਆਫ 1994 ਮਤਲਬ ਕਿਹੜਾ ਸਟੇਡੀਅਮ ਜਿਹੜਾ 1994 ਦੇ ਵਿੱਚ ਬਣਾਇਆ ਗਿਆ ਸੀ ਸਪੈਸ਼ਲ ਨੈਸ਼ਨਲ ਗੇਮਸ ਵਾਸਤੇ ਹਾਲਾਂਕਿ ਇਸ ਕੁਐਸਚਨ ਦਾ ਕੋਈ ਮਤਲਬ ਨਹੀਂ ਠੀਕ ਹੈ ਬਟ ਇਹ ਮੈਂ ਤੁਹਾਨੂੰ ਪਤਾ ਕਿ ਕੁਐਸਚਨ ਪਾਇਆ ਕਿਉਂਕਿ ਕਈ ਵਾਰ ਹੈ ਨਾ ਜਿਹੜੇ ਸਪੋਰਟਸ ਸਟੇਡੀਅਮ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਕੁਐਸਚਨ ਆ ਜਾਂਦਾ ਹੈ ਕਿ ਇਹ ਸਪੋਰਟਸ ਸਟੇਡੀਅਮ ਕਿੱਥੇ ਹੈ ਇਹ ਸਪੋਰਟਸ ਸਟੇਡੀਅਮ ਕਿੱਥੇ ਹੈ ਹਾਲਾਂਕਿ ਇਹ ਕੁਐਸਚਨ ਵੀ ਪ੍ਰੀਵੀਅਸ ਈਅਰ ਹੈ ਰੇਲਵੇ ਨੇ ਪੁੱਛਿਆ ਹੈ ਲਾਸਟ ਈਅਰ ਜਿਹੜੇ ਐਨਟੀਪੀਸੀ ਦੇ ਐਗਜ਼ਾਮ ਹੋਇਆ ਉਹਨਾਂ ਚ ਪੁੱਛਿਆ ਗਿਆ ਕੁਐਸਚਨ ਹੈ ਠੀਕ ਹੈ ਇਹ ਇਹਦਾ ਆਨਸਰ ਹੈਗਾ ਬਈ श्री शिव छत्रपति शिवाजी छत्रपति स्पोर्ट्स कॉम्प्लेक्स पुणे ठीक है, है, है।, है, भी है ना शिवाजी आउगा इथे शिवाजी छत्रपति स्पोर्ट्स कॉम्प्लेक्स पुणे ਦੇ ਵਿੱਚ ਹੈਗਾ ਇਹ ਗਰਾਊਂਡ ਸਪੈਸ਼ਲ ਬਣਾਇਆ ਗਿਆ ਸੀ ਬਾਕੀ ਜਿਹੜੇ ਸਟੇਡੀਅਮ ਹੈਗੇ ਆ ਇਹ ਯਾਦ ਰੱਖਣੇ ਆ ਸਟੇਡੀਅਮ ਦੇ ਉੱਤੇ ਕੁਐਸਚਨ ਬਣਦਾ ਹੈ ਬਈ ਸਟੈਟਿਕ ਜੀਕੇ ਦੇ ਵਿੱਚ ਵੀ ਬਣਦਾ ਹੈ ਕੁਐਸਚਨ ਠੀਕ ਹੈ ਨਾ ਡੀ वाई पाटिल स्टेडियम ਕਿੱਥੇ ਹੈ ਮੁੰਬਈ ਕਲਿੰਗ ਸਟੇਡੀਅਮ ਭੁਵੇਂਸ਼ਵਰ ਜੋਹਰ ਲਾਲ 네ਰੂ ਸਟੇਡੀਅਮ ਕੋਚੀ ਦੇ ਵਿੱਚ ਹੈ ਬਾਕੀ ਜੋਹਰ ਲਾਲ 네ਰੂ ਸਟੇਡੀਅਮ ਕਾਫੀ ਹੈਗੇ ਆ ਤਾਂ ਜੋਹਰ ਲਾਲ 네ਰੂ ਵਾਲੇ ਸਟੇਡੀਅਮ ਜਿਹੜੇ ਤੁਸੀਂ ਸਕਿੱਪ ਮਾਰ ਸਕਦੇ ਹੋ ਕੋਈ ਚੱਕਰ ਨਹੀਂ ਠੀਕ ਹੈ ਨਾ ਇਹ ਯਾਦ ਰੱਖਣਾ ਹੈ ਬਾਕੀ ਸਪੋਰਟਸ ਦੇ ਉੱਤੇ ਨੈਕਸਟ ਵੀਡੀਓ ਦੇ ਵਿੱਚ ਮਤਲਬ ਇਹ ਇਸ ਵੀਡੀਓ ਤੇ ਵੀ ਜਾਦਾ ਕੁਐਸਚਨ ਤੁਹਾਨੂੰ ਉਹਦੇ ਵਿੱਚ ਮਿਲਣਗੇ ਹੁਣ ਬਸ ਟੋਪਿਕ ਹੈ ਜਿਹੜੇ ਉਹ ਘੱਟ ਕਰਕੇ ਆਪਾਂ ਐਮਸੀਕਿਊ ਕਰੰਟ ਵਾਲੇ ਜਿੰਨੇ ਵੀ ਹੈਗੇ ਹੁਣ ਕਾਫੀ ਟੂਰਨਾਮੈਂਟ ਚਲੇ ਹੋਏ ਆ ਉਹ ਸਾਰੇ ਕੁਐਸਚਨ ਆਪਾਂ ਵਿੱਚ ਮਿਕਸ ਕਰ ਲਾਂਗੇ ਠੀਕ ਹੈ ਤਾਂ ਉਹ ਮਿਲਦੇ ਆਂ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਕੀ ਕੋਈ ਵੀ ਕੁਇਰੀ ਕੋਈ ਵੀ ਡਾਊਟ ਹੈਗਾ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਤੇ ਤੁਸੀਂ ਜਾਂ ਕੋਈ ਕੋਈ ਵੀ ਕੋਰਸ ਤੁਸੀਂ ਪਰਚੇਸ ਕਰਨਾ ਹੈ ਸਾਡੀ ਐਂਡਰੋਇਡ ਐਪ ਤੋਂ ਠੀਕ ਹੈ ਨਾ ਮੇਨਲੀ ਪ੍ਰਤਾਪੀ ਬੈਚ ਜਿਹੜਾ ਇਹ ਸਭ ਤੋਂ ਵਧੀਆ ਬੈਚ ਹੈ ਬਈ ਜੇ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਪੰਜਾਬ ਦੇ ਕਿਸੇ ਵੀ ਈਵਨ ਤੁਸੀਂ ਸੈਂਟਰ ਦਾ ਵੀ ਕੋਈ ਐਗਜ਼ਾਮ ਦੇਣਾ ਤਾਂ ਇਹ ਪ੍ਰਤਾਪੀ ਬੈਚ ਬੈਸਟ ਹੈਗਾ ਠੀਕ ਹੈ ਸਭ ਤੋਂ ਵਧੀਆ ਬੈਚ ਹੈ ਤੇ ਮੇਰੀ ਵੀ ਤੁਹਾਨੂੰ ਇਹੀ ਸਲਾਹ ਹੈ ਕਿ ਤੁਸੀਂ ਜੇ ਲੰਬਾ ਸੋਚ ਕੇ ਚੱਲ ਰਹੇ ਹੋ ਹਨਾ ਕਿ ਕੋਈ ਇੱਕ एग्जाम ਦੇ ਉੱਤੇ ਤੁਹਾਡਾ ਫੋਕਸ ਨਹੀਂ ਹੈਗਾ ਤੁਸੀਂ ਚਾਹੁੰਦੇ ਹੋ ਕਿ ਸਾਰੇ एग्जाम ਮੈਂ ਫਿਲ ਕਰੇ ਹੋਏ ਆ ਤੇ ਮੈਂ ਮੇਰਾ ਕੋਈ ਵੀ एग्जाम ਕਲੀਅਰ ਹੋ ਜਾਏ ਆਉਣ ਵਾਲਾ ਪੰਜਾਬ ਪੁਲਿਸ ਦਾ ਵੀ ਹੋ ਜਾਏ ਜਾਂ ਫਿਊਚਰ ਦੇ ਵਿੱਚ ਜੋ ਵੀ एग्जाम ਨਿਕਲਣੇ ਹਨਾ ਤਾਂ ਤੁਸੀਂ ਇਹ ਬੈਚ ਆ ਮੈਂ ਤੁਹਾਨੂੰ ਇਹ ਬੈਚ ਪ੍ਰੇਫਰ ਕਰੂੰਗਾ ਤੁਸੀਂ ਇਹ ਬੈਚ ਜਿਹੜਾ ਇਹ ਜੁਆਇਨ ਕਰੋ ਠੀਕ ਹੈ ਇਸ ਤੋਂ ਇਲਾਵਾ ਫਿਰ ਤੁਹਾਨੂੰ ਕੋਈ ਬੁੱਕ ਕੁਝ ਵੀ ਮਤਲਬ ਐਕਸਟਰਾ ਪੜ੍ਹਨ ਦੀ ਲੋੜ ਨਹੀਂ ਜੋ ਇਹਦੇ ਵਿੱਚ ਕਰਾਇਆ ਬਸ ਉਹਨਾਂ ਹੀ ਬਹੁਤ ਹੈ ਠੀਕ ਹੈ ਇੱਕ ਸਾਲ ਦੀ ਵੈਲਿਡਿਟੀ ਹੈ ਇਹਦੀ ਤੇ ਜੋ ਵੀ ਇਹਦੀ ਫੀਸ ਹੈਗੀ ਆ ਉਹਦੇ ਤੇ ਤੁਹਾਨੂੰ 20% ਆਫ ਮਿਲ ਜੂਗਾ ਬਸ ਇ ਕੂਪਨ ਜਿਹੜਾ ਇਹ ਯੂਜ਼ ਕਰ ਠੀਕ ਹੈ ਤਾਂ ਬਾਕੀ სპੋਰਟਸ ਦੀ ਹੋਰ ਵੀਡੀਓਜ਼ ਵਿੱਚ ਮਿਲਾਂਗੇ ਤੁਹਾਨੂੰ ਹਨਾ ਉਦੋਂ ਤੱਕ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਪੰਜਾਬ ਜੀ ਕੇ ਚੱਲੀ ਹੋਈ ਹੈ ਭਈ ਵਧੀਆ ਉਸ ਤੋਂ ਵਧੀਆ ਪੰਜਾਬ ਜੀ ਕੇ ਤੁਹਾਨੂੰ ਕਿਸੇ ਵੀ ਪੰਜਾਬ ਦੇ YouTube ਚੈਨਲ ਦੇ ਉੱਤੇ ਨਹੀਂ ਮਿਲੇਗੀ ਠੀਕ ਹੈ ਨਾ ਇਹ ਆਪਣੀ ਗਾਰੰਟੀ ਹੈ ਕੋਈ ਵੀ ਬੁੱਕ ਪੰਜਾਬ ਦੀ ਜਿਵੇਂ ਸਾਡਾ ਪੰਜਾਬ ਪੰਜਾਬ ਐਂਸਾਈਕਲੋਪੀਡੀਆ ਹੋਰ ਪਤਾ ਨਹੀਂ ਕਿਹੜੀ-ਕਿਹੜੀ ਬੁੱਕਾਂ ਮਾਰਕੀਟ ਦੇ ਵਿੱਚ ਆ ਗਈਆਂ ਹਨਾ ਕੋਈ ਪੜਨ ਦੀ ਲੋੜ ਨਹੀਂ ਸਾਰਾ ਕੁਝ ਦੇ ਵਿੱਚ ਕਵਰ ਹੋ ਜਾਊਗਾ ਠੀਕ ਹੈ Está vendo o milho no next video, David? Thank you.